सारिआं नूं प्यार भरी सति श्री अकाल। अज असीं तुहानूं पत्तियां वाला डिजाइन बना के विखावांगे जिहड़ा कि बहुत सोहना बनता वा। ये डिजाइन ये आपां किसी भी प्रोजैक्ट ते पा सकते हैं, जिस तरह आपां लेडीज़ कोटी बच्चों दीआं कोटियां ते सारे जैकटां वगैरह ते बहुत सोहना लगता वा। ये डिजाइन आपां इक कुंडा पुट्ठा ते बाकी आपां कुंडे सीधे बनावांगे, ते ये पान पत्ते वाला डिजाइन इस तरह छोटे छोटे पत्ते बनणगे, बहुत वधिया लगता डिजाइन। हुण आपां ये डिजाइन शुरू करन लगे हां। एक कुंडा आपां पहलां उतार लिया, एक कुंडा आपां पुट्ठा बना लिया, फिर आपां दो कुंडियां दा इस तरह एक कुंडा करता, दो कुंडियां दा एक कुंडा करता, फिर आपां एक कुंडा बुन लिया। इस तरह आपां कुंडे हुण आपां इस तरह ही इधर आपां दो कुंडियां दा आपां एक कुंडा कर देना ना। पहला आपां सीधे कुंडे बनावांगे, ये आपां पहला सीधे कुंडे बनावांगे, फिर आपां फिर एक कुंडा पुट्ठा, फिर इस तरह ही आपां सीधे कुंडे आपां बनावांगे, एक दो तीन चार पाँच छे सत्त अठ नौ, नौ कुंडे आपां सीधे बना ले। फिर आपां इस तरह एक कुंडा पुट्ठा, फिर इस तरह एक दो छे सत्त अठ नौ, नौ कुंडे आप सीधे बना ले, एक कुंडा पुट्ठा बना लिया। फिर आप पुट्ठी सिलाई बना ली, फिर आप सीधी सिलाई ते आ गए हैं। फिर इस तरह आप एक कुंडा पुट्ठा, नौ कुंडे आप सीधे बनावांगे, ये दोबारा इस तरह रिपीट करी जाना। पत्ते छोटे भी बना सकते हैं तो वड्डे भी बना सकते हैं अपनी मर्जी ना। हाँ, आप फिर बैक सिलाई दे आगे, फिर इस तरह एक कुंडा पुट सीधा इधरों, बाकी नौ कुंडे पुट्ठे। फिर एक कुंडा, दो कुंडियां दा एक कुंडा कर लिया। फिर इस तरह आप कुंडे बुन लेने। हुण फिर आप दो कुंडिया का एक कुंडा कर लिया, इस तरह फिर आप एक कुंडे का वाल पा लिया, जाली बना ली। फिर इस तरह दो कुंडिया का आप एक कुंडा किया, नाल ही आप एक जाली बना ली। फिर इस तरह फिर आप एक जाली बना ली, एक कुंडा भी सीधा, फिर आप जाली बना ली, दो कुंडिया का एक कुंडा, फिर आप कुंडे बुन ले।
ਦਾ ਪੱਤਾ ਜਾਲੀ ਪਾ ਕੇ ਫਿਰ ਇੱਧਰੋਂ ਆਪਾਂ ਜਾਲੀ ਪਾ ਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ। ਇਹ ਬਣਾਉਣ ਵਿੱਚ ਡਿਜ਼ਾਇਨ ਬਹੁਤ ਸੌਖਾ ਵਾ। ਇਸ ਤਰ੍ਹਾਂ ਆਪਾਂ ਕਰਕੇ ਕੁੰਡੇ ਨੂੰ ਪਿੱਛੋਂ ਦੀ ਇਸ ਤਰ੍ਹਾਂ ਫਿਰ ਆਪਾਂ ਇੱਕ ਜਾਲੀ ਬਣਾ ਲਈ। ਫਿਰ ਆਪਾਂ ਜਾਲੀ ਬਣਾ ਲਈ ਦੋ ਕੁੰਡਿਆਂ ਦਾ, ਇੱਕ ਕੁੰਡਾ ਕਰ ਲਿਆ। ਫਿਰ ਆਪਾਂ ਇਸ ਤਰ੍ਹਾਂ ਉਣ ਲਿਆ, ਫਿਰ ਆਪਾਂ ਜਾਲੀ ਬਣਾ ਕੇ ਕੁੰਡਾ ਸਿੱਧਾ ਬਣਾ ਲਿਆ। ਫਿਰ ਇਸ ਤਰ੍ਹਾਂ ਬੈਕ ਸਿਲਾਈ ਆਪਾਂ ਆ ਗਏ। ਬੈਕ ਸਿਲਾ ਸਾਰੀ ਪੁੱਠੀ ਬਣਾਉਣੀ ਆ। ਹੁਣ ਆਪਾਂ ਬੈਕ ਸਿਲਾਈ ਸਾਰੀ ਇਸ ਤਰ੍ਹਾਂ ਪੁੱਠੀ ਬਣਾ ਲਈ। ਨਾਲੇ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ। ਫਿਰ ਆਪਾਂ ਇੱਧਰੋਂ ਇਸ ਤਰ੍ਹਾਂ ਹੀ ਇੰਝ ਕਰਕੇ ਕੁੰਡੇ ਨੂੰ ਪਿੱਛੇ ਲਿਜਾ ਕੇ ਆਪਾਂ ਸਿੱਧੇ ਕਰਕੇ ਕੁੰਡੇ, ਫਿਰ ਆਪਾਂ ਜਾਲੀ ਬਣਾਵਾਂਗੇ। ਹੁਣ ਆਪਾਂ ਫਿਰ ਜਾਲੀ ਬਣਾਵਾਂਗੇ ਇਸ ਤਰ੍ਹਾਂ। ਜਾਲੀ ਬਣ ਗਈ, ਫਿਰ ਆਪਾਂ ਇਸ ਤਰ੍ਹਾਂ ਜਾਲੀ ਬਣਾਵਾਂਗੇ। ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ, ਕੁੰਡਾ ਸਿੱਧਾ, ਫਿਰ ਆਪਾਂ ਇੱਕ ਦੋ ਕੁੰਡਿਆਂ ਦਾ, ਦੋ ਕੁੰਡਿਆਂ ਦਾ ਇੱਕ ਕੁੰਡਾ, ਫਿਰ ਆਪਾਂ ਜਾਲੀ ਬਣਾਵਾਂਗੇ ਇਸ ਤਰ੍ਹਾਂ। ਹੁਣ ਇਹ ਆਪਾਂ ਰਿਪੀਟ ਕਰ ਰਹੇ ਹਾਂ ਡਿਜ਼ਾਇਨ, ਦੁਬਾਰਾ ਰਿਪੀਟ ਕਰਾਂਗੇ। ਆਪਣੇ ਛੋਟੇ ਛੋਟੇ ਪੱਤੇ ਜਾਲੀ ਬਣਾਉਣੀ ਆ। ਹੁਣ ਆਪਣੇ ਤਿੰਨ ਕੁੰਡੇ ਰਹਿ ਗਏ। ਹੁਣ ਆਪਾਂ ਇਸ ਤਰ੍ਹਾਂ ਕਰਨਾ ਵੀ ਇੱਕ ਕੁੰਡੇ ਨੂੰ ਅੱਗੇ ਲਿਆਉਣਾ, ਇੱਕ ਕੁੰਡੇ ਨੂੰ ਇਸ ਤਰ੍ਹਾਂ ਤਿੰਨ ਕੁੰਡੇ ਕਰਕੇ ਪਹਿਲਾਂ ਇੱਕ ਕੁੰਡਾ ਵਾ ਆਪਣਾ, ਫਿਰ ਇਹਨੂੰ ਪਹਿਲਾਂ ਪਾ ਲੈਣਾ, ਇਹਨੂੰ ਆਪਾਂ ਬਾਅਦ 'ਚ ਪਾ ਦੇਣਾ। ਇਸ ਤਰ੍ਹਾਂ ਤਿੰਨ ਕੁੰਡਿਆਂ ਦਾ ਆਪਾਂ ਹੁਣ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ। ਆਪਣੇ ਪੱਤੀ ਬਣ ਗਈ ਹੈ। ਹੁਣ ਫਿਰ ਆਪਾਂ ਜਾਲੀ ਬਣਾਉਣੀ ਇੱਥੇ, ਆਪਾਂ ਇਹ ਛੋਟੇ ਪੱਤੇ ਵੀ ਬਣਾ ਸਕਦੇ ਹਾਂ, ਵੱਡੇ ਵੀ ਬਣਾ ਸਕਦੇ ਹਾਂ। ਡਿਜ਼ਾਇਨ ਬਹੁਤ ਸੌਖਾ ਅਤੇ ਸੋਹਣਾ ਵੀ ਆ। ਇਸ ਤਰ੍ਹਾਂ ਹੀ ਆਪਾਂ ਆਹ ਕੁੰਡੇ ਨੂੰ ਆਪਾਂ ਅੱਗੇ ਲਿਆਂਦਾ ਇਸ ਤਰ੍ਹਾਂ, ਆਪਣਾ ਇਹ ਵਿਚਕਾਰ ਬਹੁਤ ਸੋਹਣਾ ਪੱਤਾ ਬਣੂਗਾ ਇਸ ਤਰ੍ਹਾਂ। ਹੁਣ ਆਪਾਂ ਇਸ ਤਰ੍ਹਾਂ ਹੀ ਇਹ ਬੜੇ ਦਿਨਾਂ ਦੀ ਸਾਡੇ ਕਿਸੇ ਵੀਵਰ ਨੇ ਸਾਨੂੰ ਪਿੱਕ ਭੇਜੀ ਸੀ ਵੀ ਇਹ ਡਿਜ਼ਾਇਨ ਬਣਾ ਕੇ ਤਿਆਰ ਕਰੋ। ਅਸੀਂ ਇਸ ਕਰਕੇ ਹੁਣ ਇਹ ਡਿਜ਼ਾਇਨ ਸਾਡਾ ਅਸੀਂ ਬਣਾ ਕੇ ਤਿਆਰ ਕਰਤਾ ਹੈ। ਇਹ ਡਿਜ਼ਾਇਨ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ। ਇਹ ਡਿਜ਼ਾਇਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਵਾ। ਹੁਣ ਆਪਣਾ ਡਿਜ਼ਾਇਨ ਕੰਪਲੀਟ ਹੋ ਗਿਆ ਵਾ। ਇਹ ਤੁਸੀਂ ਜਿਸ ਤਰ੍ਹਾਂ ਮਰਜ਼ੀ ਇਹ ਡਿਜ਼ਾਇਨ ਬਣਾ ਸਕਦੇ ਹੋ। ਡਿਜ਼ਾਇਨ ਬਹੁਤ ਸੋਹਣਾ ਲੱਗਦਾ ਬਣ ਕੇ।